ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਜ਼ਿਲ੍ਹਾ ਸੰਗਰੂਰ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ 30 ਤਰੀਕ ਦਾ ਆਪਾਂ ਸਾਰਿਆਂ ਨੂੰ ਇੰਤਜ਼ਾਰ ਹੈ ਔਰ ਸ਼ਾਮ ਤੱਕ ਸਾਰਾ ਕੁਝ ਡਿਕਲੇਅਰ ਹੋ ਜਾਏਗਾ ਕਿ ਕੌਣ ਜਿੱਤਦਾ, ਮਤਲਬ ਕਿਸ ਦੇ ਸਿਰ ਦੇ ਉੱਪਰ ਜਿੱਤ ਦਾ ਸਿਹਰਾ ਵੱਜਦਾ ਹੈ ਔਰ ਕਿਸ ਨੂੰ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਖੈਰ, ਜਿੱਤ ਹਰ ਜ਼ਿੰਦਗੀ ਦਾ ਹਿੱਸਾ ਹੈ, ਚੱਲਦੇ ਰਹਿੰਦੇ ਨੇ, ਲੇਕਿਨ ਇਨਸਾਨਾਂ ਦੇ ਹੱਥ ਵਿੱਚ ਬਹੁਤ ਕੁਛ ਹੈ। ਕਾਨੂੰਨ ਦੀ ਹਿਫਾਜ਼ਤ ਕਰਨਾ, ਕਾਨੂੰਨ ਨੂੰ ਬਣਾਈ ਰੱਖਣਾ ਔਰ ਕਾਨੂੰਨ, ਜੋ ਲੋਕ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਉਹਨਾਂ ਦੇ ਖਿਲਾਫ਼ ਪੁਲਿਸ ਦੇ ਕੋਲ ਜਾ ਕੇ ਦੱਸਣਾ। ਲੇਕਿਨ ਆਪਾਂ ਲੋਕ ਜਿਹੜੇ ਹਾਂ ਚੁੱਪ ਕਰ ਜਾਂਦੇ ਹਾਂ ਸਿਰਫ ਇਸ ਕਰਕੇ ਕਿ ਸਾਨੂੰ ਮਤਲਬ ਚੱਕਰ ਲਾਉਣੇ ਪੈਣਗੇ ਔਰ ਜਿੱਥੇ ਸਾਡਾ ਕਾਨੂੰਨ ਜਿਹੜਾ ਹੈ ਪਿੱਛੇ ਹਟਦਾ ਨਜ਼ਰ ਆਉਂਦਾ ਹੈ। ਲੇਕਿਨ ਜ਼ਿਲ੍ਹਾ ਸੰਗਰੂਰ ਦੇ ਕੁਛ ਕੁ ਅਜਿਹੇ ਪਿੰਡ ਨੇ ਜਿੱਥੇ ਬਕਾਇਦਾ ਤੌਰ 'ਤੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਔਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੁਛ ਕੁ ਲੋਕ ਮਤਲਬ 30 ਤਰੀਕ ਦੀਆਂ ਜਿਹੜੀਆਂ ਚੋਣਾਂ ਆ, ਪੰਚਾਇਤੀ ਚੋਣਾਂ ਹੈ, ਉਸ ਨੂੰ ਭੁਗਤਾਉਣ ਦੇ ਵਿੱਚ ਲੱਗੇ ਹੋਏ ਨੇ। ਕੀ ਰਿਪੋਰਟ ਹੈ, ਗਰਾਊਂਡ ਰਿਪੋਰਟ ਜ਼ਿਲ੍ਹਾ ਸੰਗਰੂਰ ਦੀ, ਪੂਰੀ ਜਾਣਕਾਰੀ ਦੇਣ ਵਾਸਤੇ ਜਗਤਾਰ ਬਾਬਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਬਾਬਾ ਜੀ, ਜੇ ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡਾਂ ਦਾ? ਦੇਖੋ ਜੀ ਸੋਮ ਜੀ, ਜਿਹੜਾ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੀ ਗੱਲ ਕਰੀਏ, ਅਸੀਂ ਹਰ ਰੋਜ਼ ਜਿਹੜਾ ਤਕਰੀਬਨ 2 ਦਰਜਨ ਦੇ ਕਰੀਬ ਅਸੀਂ ਪਿੰਡਾਂ ਦੇ ਵਿੱਚ ਦੌਰਾ ਕਰਦੇ ਹਾਂਗੇ ਤੇ ਦੇਖਿਆ ਜਾਂਦਾ ਹੈਗਾ ਵੀ ਪਿੰਡਾਂ ਦੇ ਵਿੱਚ ਇੱਕ ਵਿਆਹ ਤੋਂ ਵੀ ਵੱਧ ਜਿਹੜਾ ਮਾਹੌਲ ਹੈਗਾ ਬਣਿਆ ਪਿਆ ਹੈਗਾ। ਹਰ ਗਲੀ ਦੇ ਵਿੱਚ ਚਹਿਲ ਪਹਿਲ ਲੋਕਾਂ ਦੀ, ਕੋਈ ਵੋਟ ਮੰਗਣ ਵਾਲਿਆਂ ਦੀ ਤੇ ਕੋਈ ਸਪੋਰਟਰਾਂ ਦੀ, ਜਾਣੀ ਹਰ ਥਾਵੇਂ ਜਿਹੜਾ ਇਧਰ ਇਲੈਕਸ਼ਨਾਂ ਨੂੰ ਲੈ ਕੇ 30 ਤਰੀਕ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈਗਾ। ਤੁਹਾਡੀ ਗੱਲ ਇਹ ਵੀ ਸਹੀ ਹੈਗੀ ਤੇ ਇਹਦੇ ਨਾਲ ਨਾਲ ਜਿਹੜੇ ਲੋਕਾਂ ਦੇ ਦਿਲਾਂ ਦੀ ਧੜਕਣ ਵੀ ਕੈਂਡੀਡੇਟਾਂ ਦੀ ਖਾਸ ਕਰਕੇ ਬਹੁਤ ਜ਼ਿਆਦਾ ਤੇਜ਼ ਹੁੰਦੀ ਜਾ ਰਹੀ ਹੈ ਵੀ 30 ਤਰੀਕ ਨੂੰ ਪਤਾ ਨਹੀਂ ਕੀ ਹੋਵੇਗਾ ਕੀ ਨਹੀਂ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਲੋਕ ਵੀ ਅੱਗੇ ਨਾਲੋਂ ਸਿਆਸਤਦਾਨਾਂ ਨਾਲੋਂ ਵੀ ਵੱਧ ਸਿਆਸਤੀ ਹੋ ਗਏ ਨੇ। ਬਿਲਕੁਲ, ਕਿਉਂਕਿ ਉਹ ਦੱਸਣ ਚ ਲੋਕਾਂ ਨੂੰ ਅੰਦਾਜ਼ਾ ਲਾਉਣਾ ਔਖਾ ਹੋ ਜਾਂਦਾ ਕਿਉਂਕਿ ਜਿਹੜੇ ਲੋਕ ਨਾਲ ਫਿਰਦੇ ਹੁੰਦੇ ਨੇ ਸਪੋਰਟਰ, ਉਹ ਵੀ ਦੂਜੇ ਪਾਸੇ ਫੂਕ ਮਾਰ ਜਾਂਦੇ ਨੇ ਵੀ ਮੈਨੂੰ ਤੁਰਨਾ ਤਾਂ ਇੱਧਰ ਪੈ ਰਿਹਾ, ਵੋਟ ਤਾਂ ਮੇਰੀ ਤੁਹਾਡੇ ਕੋ ਨਹੀਂ ਹੈ। ਬਿਲਕੁਲ, ਤੇ ਇਹੋ ਜਿਹਾ ਜਾਣੀ ਮਾਹੌਲ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਵੀ ਕਹਿ ਸਕਦੇ ਹਾਂ ਵੀ ਕੁੜ ਕੁੜ ਕਿਤੇ ਆਂਡੇ ਕਿਤੇ ਖਾਸ ਨਜ਼ਰ ਰੱਖੀ ਜਾਂਦੀ ਹੈ। ਕੁਛ ਇਹੋ ਜਿਹਾ ਸਾਹਮਣੇ ਆਇਆ ਜ਼ਿਲ੍ਹਾ ਸੰਗਰੂਰ ਦੇ ਕੋਈ ਪਿੰਡ? ਹਾਂਜੀ, ਹੈਗੇ ਨੇ ਜੀ, ਮੇਰਾ ਖਿਆਲ ਹੈ ਵੀ 7-8 ਪਿੰਡ ਇਹੋ ਜਿਹੇ ਹੈਗੇ ਨੇ ਵੀ ਜਿਨ੍ਹਾਂ ਦੇ ਘੋਸ਼ਿਤ ਕੀਤੇ ਹੋਏ ਨੇ ਵੀ ਜਿਹੜੇ ਉਹਨਾਂ ਨੇ ਪੂਰੀ ਨਜ਼ਰ ਰੱਖਣੀ ਪੈਂਦੀ ਹੈ ਕਿ ਕਾਨੂੰਨ ਨੂੰ ਤੇ ਪੁਲਿਸ ਨੂੰ, ਜਿਵੇਂ ਖੜਿਆਲ ਹੋ ਗਿਆ, ਮੋੜਾਂ ਹੋ ਗਿਆ, ਮਹਿਲਾ ਹੋ ਗਿਆ, ਕਾਫੀ ਪਿੰਡ ਇਹੋ ਜਿਹੇ ਨੇ ਵੀ ਜਿੱਥੇ ਜਿਹੜੇ ਇਹ ਅਸੰਵੇਦਨਸ਼ੀਲ ਪਿੰਡ ਜਿਹੜੇ ਐਲਾਨੇ ਗਏ ਨੇ, ਇੱਥੇ ਪੁਲਿਸ ਦਾ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਗਾ ਜ਼ੋਰ ਰਹਿੰਦਾ ਹੈਗਾ ਵੀ ਕੋਈ ਗੜਬੜ ਨਾ ਹੋਵੇ, ਕੋਈ ਨਸ਼ਾ ਨਾ ਵੰਡਿਆ ਜਾਵੇ, ਖਾਸ ਕਰਕੇ ਜਿਹੜਾ ਪੁਲਿਸ ਦਾ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਰੋਲ ਅਦਾ ਕਰ ਰਹੀ ਹੈਗੀ ਇਸ ਵਾਰ। ਅੱਛਾ, ਮਾਨਯੋਗ ਅਦਾਲਤ ਦਾ ਇਹ ਹੁਕਮ ਆਇਆ ਕਿ ਜੇਕਰ ਕੋਈ ਕੈਂਡੀਡੇਟ ਉਮੀਦਵਾਰ ਆਪਣੇ ਕੋਈ ਮਤਲਬ ਬੂਥ ਦੀ ਫੋਟੋਗ੍ਰਾਫੀ ਕਰਾਉਣੀ ਚਾਹੁੰਦਾ ਹੈ ਤਾਂ ਉਹ ਸਿਰਫ ਬਾਹਰਲੇ ਇਲਾਕੇ ਦੀ ਕਰਵਾ ਸਕਦਾ, ਅੰਦਰ ਦੇ ਮਤਲਬ ਅੰਦਰਲੀ ਫੋਟੋਗ੍ਰਾਫੀ ਨਹੀਂ ਕਰਵਾ ਸਕਦਾ। ਔਰ ਇਸ ਆਰਡਰ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਹੈ ਕਿ ਅੰਦਰਲੀ ਕਿਉਂ ਨਹੀਂ ਫੋਟੋਗ੍ਰਾਫੀ ਹੋ ਸਕਦੀ, ਇਹੋ ਜਿਹਾ ਤੁਹਾਡੇ ਕੋਈ ਨਜ਼ਰ ਵਿੱਚ ਆਇਆ? ਜੀ, ਇਹਦੇ ਵਾਸਤੇ ਤਾਂ ਜਿਹੜੇ ਪਿੰਡਾਂ ਦੇ ਲੋਕ ਬਹੁਤ ਅਵੇਅਰ ਘੱਟ ਨੇ ਵੀ ਇਹਦੇ ਬਾਰੇ, ਲੋਕਾਂ ਨੂੰ ਇੰਨਾ ਨਹੀਂ ਪਤਾ ਹੈਗਾ ਵੀ ਕੋਰਟ ਵੱਲੋਂ ਕੋਈ ਅਜਿਹਾ ਹੁਕਮ ਆਇਆ ਹੈਗਾ, ਪਰ ਜਿੱਥੇ ਜਿੱਥੇ ਲੋਕ ਸਿਆਸਤ ਨਾਲ ਜੁੜੇ ਹੋਏ ਨੇ, ਪੜ੍ਹੇ ਲਿਖੇ ਨੇ, ਉਹਨਾਂ ਨੂੰ ਜ਼ਰੂਰ ਪਤਾ ਹੈ। ਪਰ ਅਸੀਂ ਇੱਕ ਗੱਲ ਸੋਚਦੇ ਸੋਮ ਜੀ ਵੀ ਜਿਹੜਾ ਵੋਟਰ ਹੈਗਾ, ਵੋਟ ਤਾਂ ਉਹਨੇ ਪਰਦੇ 'ਚ ਪਾਉਣੀ ਹੈਗੀ, ਅੰਦਰ ਦੀ ਫੋਟੋਗ੍ਰਾਫੀ ਕਿਉਂ ਨਹੀਂ ਹੋਣ ਦਿੰਦੇ? ਇਹਦਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਵੀ ਕੀ ਇਹਦਾ ਮਸਲਾ ਹੈਗਾ। ਬਾਹਰੋਂ ਕਹਿੰਦੇ ਨੇ ਵੀ ਫੋਟੋਗ੍ਰਾਫੀ, ਪੱਤਰਕਾਰਾਂ ਨੂੰ ਵੀ ਕਹਿੰਦੇ ਨੇ ਵੀ ਬਾਹਰੋਂ ਕਰ ਲਓ ਵੀ ਅੰਦਰੋਂ ਨਾ ਜਾਓ, ਜਦਕਿ ਇਹਦੇ ਨਾਲ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਫਰਕ ਪੈਣ ਵਾਲਾ ਹੈ। ਕੀ ਨਾਮ ਹੈ ਜੀ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਕਿਹੜਾ ਪਿੰਡ ਹੈ? ਪਿੰਡ ਕਲਾਰਪੁਰ ਦੀ। ਹਾਂ, ਜਿਹੜਾ ਤੁਸੀਂ ਇੱਥੇ ਚੋਣ ਪ੍ਰਚਾਰ ਕਰ ਰਹੇ ਹੋਗੇ, ਕਿੰਨੀ ਕੁ ਵੋਟ ਹੈਗੀ ਪਿੰਡ ਕਲਾਰਾਂ ਦੀ ਅਤੇ ਕੀ ਤੁਸੀਂ ਚਾਹੁੰਦੇ ਹੋਗੇ? ਸਾਡੇ ਪਿੰਡ ਦੀ ਵੋਟ ਲਗਭਗ 2700-2800 ਦੇ ਕਰੀਬ ਵੋਟ ਹੈਗੀ। ਸਾਡੇ ਪਿੰਡ ਵਿੱਚ ਜਿਵੇਂ ਬਹੁਤ ਹੀ ਕੰਮ ਹੋਣ ਵਾਲੇ ਨੇ, ਜਿਵੇਂ ਕਿ ਸਕੂਲ, +2 ਦਾ ਸਕੂਲ ਹੈ ਸਾਡੇ, ਸਰਕਾਰੀ ਸਕੂਲ, ਹਜੇ ਤੱਕ ਅਪਗ੍ਰੇਡ ਨਹੀਂ ਹੋਇਆ ਕਿਉਂਕਿ ਸਾਡੇ ਪਿੰਡ ਦੇ ਜਵਾਕ ਸਾਨੂੰ ਨਹੀਂ, ਅਸੀਂ ਚਾਹੁੰਦੇ ਵੀ ਬਾਹਰ ਪੜ੍ਹਨ ਜਾਣ। ਜੇ ਸਾਡੇ ਸਕੂਲ ਦਾ ਪਿੰਡ ਸਕੂਲ ਅਪਗ੍ਰੇਡ ਹੁੰਦਾ ਤਾਂ ਸਾਰੇ ਬੱਚਿਆਂ ਨੂੰ ਸਹੂਲਤ ਹੈਗੀ, ਜਿਵੇਂ ਕਿ ਬਹੁਤ ਹੀ ਨਸ਼ੇ ਦੇ ਤਹਿਤ ਵੀ ਮੁਹਿੰਮ ਚਲਾਈ ਜਾਵੇ ਇਹਦੇ ਵਿੱਚ, ਪਿੰਡ ਵਿੱਚ ਤਾਂ ਨਸ਼ਾ ਖਤਮ ਕੀਤਾ ਜਾਵੇ।
ਕਿੰਨੇ ਕੈਂਡੀਡੇਟ ਨੇ ਤੇ ਇਹ ਰਿਜ਼ਰਵ ਹੈ ਜਿਹੜਾ ਸਾਡਾ ਇਹ ਪਿੰਡ ਇਸ ਵਾਰ ਰਿਜ਼ਰਵ ਚ ਆਇਆ ਜੀ ਇਸ ਵਿੱਚ 7 ਕੈਂਡੀਡੇਟ ਖੜੇ ਨੇ ਤੇ ਕਿੰਨੇ ਕੁ ਵੋਟ ਹੈਗੀ ਜਿਹੜੀ ਤੁਹਾਡੀ ਲਗਭਗ ਸਾਡੀ ਪਿੰਡ ਦੀ ਵੋਟ ਲਗਭਗ 2800-2900 ਦੇ ਕਰੀਬ ਹੈਗੀ ਆ ਕਿਸ ਤਰ੍ਹਾਂ ਦਾ ਤੁਸੀਂ ਜਿਹੜਾ ਉਮੀਦਵਾਰ ਚਾਹੁੰਦੇ ਹੋ ਕਿ ਵੀ ਕੰਮ ਹੋਣੇ ਚਾਹੀਦੇ ਸਾਡੇ ਪਿੰਡ ਵਾਸਤੇ ਇੱਕ ਬਹੁਤ ਹੀ ਸੂਝਵਾਨ ਪੜ੍ਹਿਆ ਲਿਖਿਆ ਜੋ ਕਿ ਪਿੰਡ ਦੇ ਸਰਵਪੱਖੀ ਵਿਕਾਸ ਵਾਸਤੇ ਪਿੰਡ ਦੀ ਨਿਕਾਸੀ ਜੋ ਪਿੰਡ ਵਿੱਚ ਕੰਮ ਰਹਿੰਦੇ ਨੇ ਜਾਂ ਬਜ਼ੁਰਗਾਂ ਦਾ ਹੋਰ ਬਹੁਤ ਹੀ ਸਾਰੇ ਕੰਮ ਅਧੂਰੇ ਨੇ ਉਹਨਾਂ ਨੂੰ ਪੂਰੇ ਕਰ ਸਕੇ ਅਤੇ ਪਿੰਡ ਦਾ ਵਿਕਾਸ ਕਰ ਸਕੇ ਕਿ ਵਧੀਆ ਸੂਝਵਾਨ ਜਿਵੇਂ ਕਿ ਸਾਡਾ ਪਿੰਡ ਕਲਾਲ ਖੁਰਦ ਨੂੰ ਵਧੀਆ ਇੱਥੇ ਤਕਰੀਬਨ 7 ਜਣੇ ਹੈਗੇ ਨੇ ਸਰਪੰਚ ਦੀ ਚੋਣ ਲਈ ਜਿਵੇਂ ਸਾਨੂੰ ਚਾਹੀਦਾ ਸਾਡਾ ਪਿੰਡ ਵਿੱਚ ਇਮਾਨਦਾਰ ਅਤੇ ਸੂਝਵਾਨ ਪੜ੍ਹਿਆ ਲਿਖਿਆ ਅਤੇ ਜਿਵੇਂ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਇਹ ਸਾਡੇ ਪਿੰਡ 'ਚ ਹਰੇਕ ਦੇ ਮੂਹਰੇ ਮੁੱਦਾ ਆਉਂਦਾ ਜੀ ਕਿੰਨੀਆਂ ਕੁ ਵੋਟਾਂ ਨੇ ਪਿੰਡ ਦੇ ਪਿੰਡ ਵਿੱਚ ਤਕਰੀਬਨ 650 ਵੋਟ ਹੈਗੀ ਹੈ ਤੁਸੀਂ ਕਿਸ ਤਰ੍ਹਾਂ ਦਾ ਜਿਹੜੇ ਲੋਕਾਂ ਨੂੰ ਜਿਹੜੇ ਪੈਨਸਲਾਂ ਵਗੈਰਾ ਬੁਢਾਪਾ ਪੈਨਸਲਾਂ ਕਿੰਨਾ ਕੁ ਇਹਦਾ ਜਿਹੜਾ ਅਧੂਰਾ ਕੰਮ ਪਿਆ ਕਰੋ ਤਕਰੀਬਨ ਤਾਂ ਇਹ ਹੈਗਾ ਕਿ ਵਿੱਚ ਜਿਹੜੇ ਰਹਿੰਦੇ ਨੇ ਉਹ ਆਉਂਦੀ ਆ ਕੰਪਲੀਟ ਹੀ ਉਹਨਾਂ ਨੂੰ ਇਸਨੇ ਹੁਣ ਕਹਿਤਾ ਵੀ ਵਾਅਦਾ ਹੈਗੀ ਉਹਨਾਂ ਨਾਲ ਜੇ ਸਾਨੂੰ ਮੌਕਾ ਮਿਲੇ ਸਾਡੇ ਕੈਂਡੀਡੇਟ ਨੂੰ ਮੌਕਾ ਮਿਲਦਾ ਤਾਂ ਅਸੀਂ ਜ਼ਰੂਰ ਇਹ ਜ਼ਰੂਰ ਲਵਾਵਾਂਗੇ ਅਤੇ ਇੱਕ ਸਾਡੇ ਪਿੰਡ ਵਾਸਤੇ ਅਸੀਂ ਜਿਵੇਂ ਗਰੀਬ ਲੜਕੀਆਂ ਦੇ ਵਿਆਹ ਉਹ ਪੈਲਸ ਐਜੂਕੇਸ਼ਨ ਦਾ ਅਤੇ ਐਜੂਕੇਸ਼ਨ ਦਾ ਵੀ ਜਿਵੇਂ ਸਾਡਾ ਸਕੂਲ ਹੀ ਪਲੱਸ ਟੂ ਤੱਕ ਅਪਗ੍ਰੇਡ ਨਹੀਂ ਹੈਗਾ ਉਹਨੂੰ ਪਲੱਸ ਟੂ ਤੱਕ ਅਪਗ੍ਰੇਡ ਦਾ ਅਤੇ ਇੱਕ ਸਾਡੇ ਸਕੂਲ ਦਾ ਜਿਹੜਾ ਪੱਧਰ ਹੈਗਾ ਜੀ ਉਹ ਉੱਚਾ ਚੁੱਕਣਾ ਜਗਤਾਰ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਬਾਰੇ ਜਾਣਕਾਰੀ ਦਿੱਤੀ ਹੈ ਔਰ ਸਭ ਤੋਂ ਵੱਡੀ ਗੱਲ ਦੱਸੀ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੇ ਵਿੱਚ ਵਿਆਹ ਵਰਗਾ ਮਾਹੌਲ ਹੋਇਆ ਪਿਆ ਹੈ ਔਰ ਉਮੀਦਵਾਰ ਕੋਈ ਆ ਰਿਹਾ ਕੋਈ ਜਾ ਰਿਹਾ ਔਰ ਵਰਕਰਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਹੈ ਔਰ ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਸਾਨੂੰ ਗਰਾਊਂਡ ਰਿਪੋਰਟ ਦਿੱਤੀ ਹੈ ਬਹੁਤ ਬਹੁਤ ਮਿਹਰਬਾਨੀ ਸੀ ਇਹ ਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ For new updates, please subscribe A1 News and click the bell icon.